हेलो जी, हाउ आर यू? साडे वालों प्यार भरी सत श्री अकाल। अज मित्रों ताडे लई बहुत ही प्यारी एक फनी मूवी लैके आए हैं। तो मित्रों ताडे लई ये फनी मूवी दे विच बड़े हासे ने ते बड़े ही शुकल ने। तो मित्रों एक सच्ची कहानी नहीं, एक एक हैगा की कहिंदे छोटी जी स्टोरी सिर्फ 15 मिनट की, जिहदे विच तुहानू कुछ गल्लां समझाइया जांदियां ने ते उहदे विच कीते जांदे छोटे छोटे फ्रैंक। ते मित्रों आओ जल्दी ना साडे चैनल नूं सबसक्राइब कर लो, लाइक कर लो, ते मित्रों कमेंट करना ना भुलिया करो, कमेंट जरूर कर दिया करो। वीर जी तुसीं कमेंट नहीं करदे ते मित्रों मजा नहीं ना आंदा। ओ भाजी कमेंट कर दिया करो, भाजी तुसीं कमेंट नहीं करदे। ते अज आपां इह वी देखणा कि इस वीडियो दे विच हीरो कौन ने। ते जल्दी ना साडे चैनल नूं सबसक्राइब कर लो, लाइक कर लो, शेयर कर लो, ते कमेंट करना नहीं भुलना। मित्रों आओ देखदे आं आपां मिल के इस वीडियो नूं। ਅਜੇ ਦੇਖੋ ਜੀ ਸਰਦਾਰ ਹੁਣੀ ਆਪਣੇ ਸਾਈਕਲ ਨੂੰ ਸਾਫ਼ ਕਰਨ ਲੱਗੇ ਹੋਏ ਨੇ। ਕਿੱਥੇ ਚੱਲਣਾ ਹੈ? ਜਿੱਦੋ ਮੈਂ ਚੱਲਾਂ ਸ਼ਹਿਰ ਨੂੰ ਤੇ ਮੈਂ ਖਾਦ ਲੈ ਕੇ ਹੁਣੇ ਹੀ ਆ ਜਾਣਾ ਵਾਪਸ। ਤੇ ਤੂੰ ਘਰ ਦਾ ਖਿਆਲ ਖੁੱਲ ਰੱਖ ਤੇ ਮੱਝਾਂ ਮੁੱਝਾਂ ਦਾ ਖਿਆਲ ਰੱਖੀ ਤੇ ਬੱਚੇ ਦਾ ਵੀ ਖਿਆਲ ਰੱਖੀ। ਸਰਦਾਰ ਜੀ ਮੇਰੀ ਗੱਲ ਸੁਣ, ਕਿੰਨੇ ਸਾਲ ਹੁੰਦੇ ਪਏ ਨੇ ਤੇ ਤੂੰ ਮੇਰੇ ਨਾਲ ਵਾਅਦੇ ਕੂੜੇ ਕੀਤੇ ਸੀ। ਹੈ ਉੱਤੋਂ ਵੀ ਇਹੋ ਜਿਹੇ ਮਕਾਨ ਚ ਪਵਾ ਦਿੱਤਾ, ਇੱਤੋਂ ਵੀ ਇਹਲੇ ਮੈਨੂੰ ਚੂੜੀਆਂ ਨਹੀਂ ਪਾਉਂਦੀ ਲੈ ਗਈਆਂ। ਅਵਾਲੀਆਂ ਨੇ ਤਾਂ ਮੇਰੇ ਮਾਂ ਪਿਓ ਨੂੰ ਚਾਂਦੀ ਦੀਆਂ ਪਾਈਆਂ ਸੀ, ਤੂੰ ਸੋਨੇ ਦੀਆਂ ਕਹੀਆਂ, ਤੂੰ ਉਹ ਵੀ ਨਹੀਂ ਪਾਈਆਂ ਹੈਗੀਆਂ। ਮੈਨੂੰ ਨਹੀਂ ਪਤਾ ਮੈਨੂੰ ਚੂੜੀਆਂ ਲੈ ਕੇ ਦੇ ਸੋਨੇ ਦੀਆਂ। ਜਦੋਂ ਤੈਨੂੰ ਪਤਾ ਹੈ ਕਿ ਆਪਣੀ ਫਸਲ ਬਹੁਤ ਹੀ ਘੱਟ ਹੋਈ ਆ ਤੇ ਕੋਈ ਜਾਨੀ ਘਬਰਾਣਾ, ਚੂੜੀਆਂ ਕੀ ਉਹ ਮੈਂ ਆਪਣੀ ਪਿਨੋ ਨੂੰ ਸੋਨੇ ਦੇ ਵਿੱਚ ਮੜ ਦਿਆਂਗਾ। ਹਾਂਜੀ ਮਿੱਤਰੋ, ਆਪਾਂ ਦੇਖ ਰਹੇ ਹਾਂ ਕਿ ਸਰਦਾਰ ਜੀ ਨੂੰ ਸਰਦਾਰ ਨਹੀਂ ਕਹਿ ਰਹੀ ਹੈ ਕਿ ਮੈਨੂੰ ਸੋਨੇ ਦੇ ਕੰਗਣ ਲੈ ਦੇ, ਤੇ ਮਿੱਤਰੋ ਉਹ ਉਦਾਂ ਕਰ ਰਹੀ ਹੈ ਬੈਸ ਕੇ ਮੈਂ ਆਪਣੀ ਫਸਲ ਚੰਗੀ ਨਹੀਂ ਹੋਈ ਤੇ ਆਪਾਂ ਫਿਰ ਤਿੰਨ ਕੰਗਣ ਜ਼ਰੂਰ ਲੈ ਕੇ ਦਿਆਂਗੇ। ਮੈਨੂੰ ਨਹੀਂ ਪਤਾ ਹੈਗਾ, ਮੈਨੂੰ ਸੋਨੇ ਦੀਆਂ ਚੂੜੀਆਂ ਲੈ ਕੇ ਦੇ। ਉਹ ਕਿਸੇ ਗੱਲ ਦੀ ਤੂੰ ਟੈਨਸ਼ਨ ਨਾ ਲੈ, ਤੂੰ ਘਬਰਾ ਕਿਉਂ ਗਈ ਆ? ਕੰਬੜੀਏ ਤੈਨੂੰ ਪਤਾ ਕਿ ਆਪਾਂ ਨੂੰ 29,000 ਤੇ ਟੂਲ ਦਾ ਬਿੱਲ ਆ ਗਿਆ। ਹਾਂਜੀ ਮਿੱਤਰੋ, ਬਿਜਲੀ ਦਾ ਬਿੱਲ ਵੀ 30,000 ਰੁਪਏ ਆ ਗਿਆ ਤੇ ਬਿੱਲ ਤੇ ਬਹੁਤ ਸਾਰਿਆਂ ਨੂੰ ਆਏ ਹੋਏ ਨੇ ਤੇ ਬੜੀ ਟੈਨਸ਼ਨ ਬਿੱਲਾਂ ਦੀ ਬਣੀ ਹੋਈ ਆ। ਆਪਣੀ ਪਿਨੋ ਨੂੰ ਸੋਨੇ ਦੇ ਵਿੱਚ ਮੜ ਦਿਆਂਗਾ, ਕਿਸੇ ਤਰ੍ਹਾਂ ਦੀ ਤੂੰ ਟੈਨਸ਼ਨ ਨਾ ਲੈ। ਸਰਦਾਰ ਜੀ 29,000 ਤਾਂ ਦੇ ਸਕਦੇ ਤੇ ਮੈਨੂੰ ਸੋਨੇ ਦੀਆਂ ਚੂੜੀਆਂ ਨਹੀਂ ਲੈ ਕੇ ਦੇ ਸਕਦਾ? ਸੋਨੇ ਦੀਆਂ ਚੂੜੀਆਂ ਦਾ ਰੌਲਾ ਮਿੱਤਰੋ, ਫਸਲਾਂ ਆਪਣੀਆਂ ਸੰਭਾਲ ਕੇ ਰੱਖ, ਮੈਂ ਕੀ ਕਰਾਂ, ਮੈਨੂੰ ਸੋਨੇ ਦੀਆਂ ਚੂੜੀਆਂ ਲੈ ਕੇ ਦੇ। ਪਿਨੋ ਤੂੰ ਹੌਸਲਾ ਕਰ, ਕਿਉਂ ਨਹੀਂ ਹੌਸਲਾ ਕਰਦੀ? ਕੋਈ ਗੱਲ ਨਹੀਂ, ਘਬਰਾ ਨਾ ਤੇ ਆਪਾਂ ਸਾਰਾ ਕੁਝ ਆਪਣਾ ਸਾਰਾ ਕੁਝ ਸੈੱਟ ਹੋ ਜਾਏਗਾ, ਕਿਸੇ ਗੱਲ ਤੋਂ ਪਰ ਫਿਕਰ ਨਾ ਕਰ। ਤੂੰ ਕੋਈ ਗੱਲ ਨਹੀਂ, ਆਪਣੇ ਬੱਚਿਆਂ ਦੇ ਹੱਲੇ ਤੇ ਬੱਚਿਆਂ ਦੀਆਂ ਫੀਸਾਂ ਰਹਿੰਦੀਆਂ, ਆਪਾਂ ਬੱਚਿਆਂ ਦੀਆਂ ਫੀਸਾਂ ਦੇਣੀਆਂ। ਕੋਈ ਗੱਲ ਹਾਂਜੀ, ਬੱਚਿਆਂ ਦੀਆਂ ਫੀਸਾਂ ਵੀ ਜਦੋਂ ਰਹਿੰਦੀਆਂ ਨੇ, ਦੱਸ ਪਹਿਲਾਂ ਮੈਨੂੰ ਹੈ ਬੱਚਿਆਂ ਦੀਆਂ ਫੀਸਾਂ ਤੂੰ ਦੇਣੀਆਂ ਨੇ, ਮੇਰਾ ਘਰ ਵਿੱਚ ਮੁਸੀਬਤ ਪਾਈ ਹੋਈ ਹੈ, ਮੈਨੂੰ ਸੋਨੇ ਚੂੜੀਆਂ ਲੈ ਕੇ ਦੇ ਤੂੰ। ਉਹ ਕੰਬਲੀਏ ਕੰਬਲੀਏ, ਕਿਉਂ ਕਿਸੇ ਗੱਲ ਤੋਂ ਤੂੰ ਕਿਉਂ ਟੈਨਸ਼ਨ ਲੈਣੀ ਹੈ? ਸਭ ਕੁਝ ਹੋ ਜਾਏਗਾ ਕੰਬਲੀਏ, ਸਭ ਕੁਝ ਹੋ ਜਾਏਗਾ। ਸਰਦਾਰ ਜੀ ਇਹਨਾਂ ਗੱਲਾਂ ਨਾਲ ਤਾਂ ਤੂੰ ਮੈਨੂੰ ਬੜਾ ਰੱਖਿਆ ਹੋਇਆ, ਠੀਕ ਹੈ ਨਾ? ਮੈਂ ਚੱਲੀ ਆ ਪੇਕਿਆਂ ਤੇ, ਜਦੋਂ ਤੇਰੀਆਂ ਫਸਲਾਂ ਸਹੀ ਹੋ ਜਾਣ, 29,000 ਰੁਪਏ ਦੇ ਲਵੇ ਨਾ ਤੇ ਮੈਨੂੰ ਸੋਨੇ ਚੂੜੀਆਂ ਲੈ ਕੇ ਦੇਗਾ, ਉਦੋਂ ਹੀ ਮੈਂ ਆਵਾਂਗੀ, ਠੀਕ ਹੈ ਨਾ? ਮੈਂ ਚੱਲੀ ਆ ਆਪਣੇ ਪੇਕਿਆਂ ਤੇ। ਸੋਣੀਏ ਪੀਨੋ, ਕਿਉਂ ਘਬਰਾਨੀ ਆ ਤੂੰ? ਕਿਉਂ ਘਬਰਾਨੀ ਆ ਤੂੰ? ਕਿਸੇ ਗੱਲ ਤੋਂ ਘਬਰਾ, ਜਾ ਆਪਣੀ ਮਾਂ ਨੂੰ ਮਨਾ। ਬੇਬੇ ਮੈਂ ਵੀ ਨਾਲ ਜਾਣਾ ਹੈ। ਚੱਲ ਤਾਂ ਫਾਹੋ ਆਪਣੇ ਪਿਓ ਕੋਲ ਚੱਲੋ। ਮੈਂ ਜਾਣਾ ਹੈ। ਪੀਨੋ ਤੂੰ ਕਿਉਂ ਜਾਣੀ ਆ? ਦੇਖਣਾ ਇਹ ਬੱਚਿਆਂ ਦੀ ਜ਼ਿੰਦਗੀ ਖਰਾਬ ਕਿਉਂ ਕਰਦੀ ਪਈ ਆ? ਇਹ ਬੱਚੇ ਕੀ, ਬੱਚਿਆਂ ਤੇ ਬਹੁਤ ਅਸਰ ਪੈਂਦਾ ਇਸ ਗੱਲ ਦਾ। ਆਪਣੇ ਬੱਚਿਆਂ ਦਾ ਸਰਦਾਰ ਜੀ ਤੈਨੂੰ ਬੜਾ ਦੁੱਖ ਹੈਗਾ। ਮੇਰਾ ਕੋਈ ਅਹਿਸਾਸ ਨਹੀਂ, ਮੈਂ ਕਿਸੇ ਦੀ ਧੀ ਹੈਗੀ ਆ, ਮੈਨੂੰ ਸੋਨੇ ਚੂੜੀਆਂ ਨਹੀਂ ਲੈ ਕੇ ਦੇ ਸਕਦਾ, ਮੇਰੀ ਜ਼ਿੰਦਗੀ ਤੂੰ ਖਰਾਬ ਕੀਤੀ ਹੋਈ ਹੈ। ਚੱਲ ਪਰੇ ਹੋ ਸਰਦਾਰ ਜੀ, ਆਪਣੇ ਬੱਚਿਆਂ ਦੇ ਇਸਤੇਮਾਲ ਚੱਲੋ ਪਰੇ ਹੋ। ਲੋੜੀ ਸਰਦਾਰ ਦਾ ਸਾਈਕਲ ਉੱਤੇ ਸਿੱਟ ਕੇ ਤੇ ਸਰਦਾਰ ਨੇ ਚਲੀ ਗਈ ਉਹਨੂੰ ਛੱਡ ਕੇ। ਮਿੱਤਰੋ ਤੇ ਘਰ ਬੱਚਿਆਂ ਨੂੰ ਵੀ ਛੱਡ ਗਈ ਹੈ ਤੇ ਸਰਦਾਰ ਹੋਈ ਹੁਣ ਬੜੇ ਪਰੇਸ਼ਾਨ ਨੇ। ਦੇਖੋ ਅੱਗੇ ਕੀ ਹੋ ਰਿਹਾ ਹੈ। ਉਹ ਸੱਚੇ ਵਾਹਿਗੁਰੂ ਨੇ ਸਾਡੇ ਨਸੀਬਾਂ ਦੇ ਵਿੱਚ ਇਹ ਵੀ ਦਿਨ ਲਿਖੇ ਹੋਏ ਸੀ ਤੇ ਸੱਚਿਆ ਬਾਦਸ਼ਾਹ ਮੇਰਾ ਕਰ ਸਾਡੇ ਤੇ, ਸਾਡੇ ਵੀ ਨਸੀਬ ਚ ਜਗਾ ਦੇ। ਸੱਚਿਆ ਬਾਦਸ਼ਾਹ ਸਾਡੇ ਵੀ ਨਸੀਬ ਜਗਾ ਦੇ। ਇੱਥੇ ਬੈਠ ਮੇਰੀ ਧੀ। ਸਰਦਾਰ ਜਿੱਤੂ ਸਾਗ ਹੈਗੇ ਆ, ਆ ਜਾਓ ਬਾਬਾ ਜੀ, ਆ ਜਾਓ। ਸਲਾਮ ਅਲੈਕੁਮ। ਸਤਿ ਸ੍ਰੀ ਅਕਾਲ ਬਾਬਾ ਜੀ, ਬੈਠੋ ਬੈਠੋ ਬਾਬਾ ਜੀ। ਕੀ ਗੱਲ ਹੈ, ਕਾ ਪਰੇਸ਼ਾਨ ਦੇ? ਬਾਬਾ ਜੀ ਬਿੱਲ 30,000 ਆ ਗਿਆ ਤੇ ਬਾਬਾ ਜੀ ਗੁੱਸੇ ਹੋ ਕੇ ਘਰ ਵਾਲੀ ਚਲੀ ਗਈ ਆ। ਹਾਂਜੀ। ਤੇ ਬਾਬਾ ਜੀ ਧੀ ਨੂੰ ਵੀ ਛੱਡ ਕੇ ਚਲੀ ਗਈ ਹੈ ਤੇ ਮੈਨੂੰ ਵੀ ਛੱਡ ਕੇ ਚਲੀ ਗਈ ਹੈ ਬਾਬਾ ਜੀ। ਬਸ ਇਹ ਤੇ ਬਹੁਤ ਪਰੇਸ਼ਾਨ ਆ ਬਾਬਾ ਜੀ। ਬਾਬਾ ਗੱਲ ਸੁਣੋ, ਸਰਦਾਰ ਹੁਣਾਂ ਨਾਲ ਤੇ ਬਹੁਤ ਹੀ ਹਾਏ ਹਾਲ ਭੈੜਾ ਹੋ ਗਿਆ ਨਾ। ਆਇਆ ਤੇਰੇ ਕੋਲ ਪਟਲੀ ਰੁਕਾ ਤੇ ਆ ਜਾ। ਕਿੱਥੇ ਬਾਬਾ ਜੀ ਦੱਸੋ ਦੱਸੋ। ਹਾਂਜੀ ਪਿੰਡ ਦੀ ਪਟਲੀ ਰੁਕਾ ਤੇ ਆ ਜਾ, ਤੇਰੇ ਮਸਲੇ ਸਾਰੇ ਹੱਲ ਹੋ ਜਾਣਗੇ। ਠੀਕ ਹੈ ਜੀ, ਠੀਕ ਹੈ ਜੀ ਬਾਬਾ ਜੀ। ਲੋ ਜੀ ਬਾਬੇ ਹੁਣੀ ਉਹਨੂੰ ਮਸ਼ਕਾ ਦੇ ਗਏ ਨੇ ਕਿ ਤੁਸੀਂ ਇਹ ਇੱਕ ਪਿੰਡ ਦੇ ਵਿੱਚ ਬਾਬਾ ਹੈ ਤੇ ਉਹਦੇ ਕੋਲ ਜਾਓ। ਉਸ ਬਾਬੇ ਦੇ ਕੋਲ ਤੇ ਨਾ ਆਪਾਂ ਕੁਝ ਉਹਦੇ ਵਾਸਤੇ ਕੁਝ ਕੋਈ ਅੱਲਾ ਅੱਲਾ ਕਰਵਾਨੇ ਆ।
आ जा मिलती। ते सरदार हो गया मुतमिन, ते सरदार जा रहा है अपनी धी नू लेके ते उस बाबे दे कोल। ते देखो मित्रों आपां अगे देखदे आ कि अगे की हुंदा है। सरदार हुणी फसलां दे विचों दी बाबे दे कोल जा रहे ने वीर जी। ते आपां देखदे आ कि ओ हो सरदार उन्हां ते सैकल वी चुक लिया मोढ़िआं ते। सरदार हुणी जा रहे ने बाबिआं दे कोल। जो बंदा परेशान होता तो फिर बंदा बहुत तकलीफां दुख तकलीफां नूं झलदा है। मित्रों सरदार हुणी सैकल तो डिग गए। हौसला कर दी, हौसला कर, हौसला कर मिलती। ओहो सरदार हुणा दे मंदरे हाल ते बाबे दी तलाश दे विच बाबे नूं लभदियां लभदियां बाबे दे कोल पहुंच रहे ने। देखो किदां पहुंच रहे ने कि उस बाबे दे कोल जा के अपने दिल दियां गल्लां दसणगे। असी एक जगह ते गाया ਉਹਨਾਂ ਬੱਕਰੇ ਮੁਰਗੇ ਓਏ ਹੋ ਜੀ ਬਾਬੇ ਹੁਣੀ ਬੈਠੇ ਨੇ ਆਪਣੀ ਭਗਤੀ ਦੇ ਵਿੱਚ ਤੇ ਬਾਬੇ ਹੁਣੀ ਦੇ ਨਾਲ ਚੇਲੇ ਵੀ ਬੈਠੇ ਨੇ ਤੇ ਮਰੀਦ ਵੀ ਬੈਠੇ ਨੇ। ਆਹੋ ਹੋ ਹੋ ਸਰਦਾਰ ਹੁਣੀ ਆ ਗਿਆ ਨੇ ਬਾਬੇ ਦੇ ਕੋਲ ਤੇ ਬਾਬਾ ਵੀ ਧੂਣੀ ਪਖਾਈ ਬੈਠਾ ਤੇ ਆਪਣਾ ਮਜਮਾ ਲਾਈ ਬੈਠਾ। ਹਾਏ ਹਾਏ ਬਾਬਾ ਜੀ, ਬਾਬਾ ਬਿਆ, ਬਾਬਾ ਜੀ, ਬਾਬਾ ਜੀ, ਬਾਬਾ ਤੇ ਮਿੱਤਰੋ ਬੜਾ ਜਲਾਲੀ ਲੱਗਦਾ ਹੈ। ਮੇਰੀ ਪੀਰੋ ਘਰ ਵਾਲੀ ਚਲੀ ਗਈ ਆ ਬਾਬਾ ਜੀ ਗੁੱਸੇ ਹੋ ਕੇ ਤੇ ਬਾਬਾ ਜੀ ਮੇਰਾ ਕਰ ਦਿਓ ਬਾਬਾ ਜੀ ਮੁੜਿਆ ਵੇ ਤੇ ਬਾਬਾ ਜੀ ਮੈਂ ਤੁਹਾਡੀ ਜੋਸ਼ ਸ਼ਨੀ ਕੋਈ ਜਿਹੜੀ ਵੀ ਤੁਹਾਡੀ ਹੋਏਗੀ ਫੀਸ ਜਾਂ ਸ਼ਰੀਰ ਦੀ ਮੈਂ ਤੁਹਾਨੂੰ ਜ਼ਰੂਰ ਦਿਆਂਗਾ ਬਾਬਾ ਜੀ। ਮੇਰੇ ਘਰ ਵਾਲੀ ਵਾਪਸ ਕਰਵਾ ਦਿਓ ਬਾਬਾ ਜੀ, ਬਾਬਾ ਜੀ ਮੇਰੇ ਘਰ ਵਾਲੀ ਵਾਪਸ ਕਰਵਾ ਦਿਓ ਬਾਬਾ ਜੀ। ਠੋਕ ਦਈਏ ਬਾਬਾ ਛੁਰੀ ਲੈ ਕੇ ਉਹਦੇ ਕੋਲ ਉਹਨੂੰ ਕਹਿੰਦਾ ਠੋਕ ਦਿਆਂਗੇ। ਦੇਖੋ ਕੈਸੇ ਕੈਸੇ ਬਾਬਿਆਂ ਵਿੱਚ ਰੰਗ ਹੁੰਦੇ ਨੇ। ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਬੋਲੋ ਬਾਬਾ ਜੀ ਬੈਠ ਕੇ ਬੋਲੋ ਦੱਸੋ ਬਾਬਾ ਜੀ ਮੇਰੇ ਘਰ ਵਾਲੀ ਗੁੱਸੇ ਹੋ ਕੇ ਚਲੀ ਗਈ ਬਾਬਾ ਜੀ। ਬਾਬਾ ਜੀ ਉਹਨੂੰ ਮੋੜ ਕੇ ਲਿਆ ਦਿਓ ਪੀਨੋ ਮੇਰੇ ਘਰ ਵਾਲੀ ਮੇਰੀ ਟੀਰ ਹੋਰ ਕੰਬਲੀ ਹੋ ਗਈ ਬਾਬਾ ਜੀ। ਤੈਨੂੰ ਕੁਛ ਨਜ਼ਰ ਆਇਆ ਬਾਬਾ ਜੀ? ਭਾਜੀ ਬੇਰਾ ਕਰ ਦਿਓ ਬਾਬਾ ਜੀ, ਬਾਬਾ ਜੀ ਬਾਬੇ ਦਾ ਕਿੱਡਾ ਉਹ ਅਨੋਖਾ ਅੰਦਾਜ਼ ਹੈ, ਠੋਕ ਦਿਆਂਗੇ ਬਾਬਾ ਜੀ। ਇਹ ਸਰਦਾਰ ਹੁਣੀ ਉਹ ਤੋਂ ਇੰਨਾ ਡਰਦੇ ਨੇ ਨਹੀਂ ਵੀ ਕਰਾਂ ਜੀ ਭਾਜੀ ਪਰ ਡਿੱਗਦੇ ਨੇ। ਮੈਂ ਸੋਦੇ ਕੀਤੇ ਜਲਾਂ ਦੇ ਤਰਲੇ ਨੈਣ ਵਕੀਲ, ਰੱਬ ਵਕੀਲੀ ਨਾ ਕਰੇ ਬੰਦਾ ਕੌਣ ਵਕੀਲ, ਰਾਚਨੇ ਦੀ ਚਾਨਣੀ ਪੂਣੀ ਵਰਗਾ ਕਾ ਉੜਿਆ ਦਾ ਨਾ ਬਾਦਾਂ ਨੂੰ ਪਹਿਲੀ ਰਾਚਨਾ ਉਮੀ ਭਾਜੀ ਬਾਬਾ ਜੀ ਨਜ਼ਰ ਮਾਰ ਕੁਛ ਨਜ਼ਰ ਆਇਆ ਬਾਬਾ ਜੀ? ਚੜ੍ਹਦੇ ਪੰਜਾਬ ਦਿੱਲੀ ਸ਼ਹਿਰ ਨਜ਼ਰ ਆ ਰਿਹਾ। ਉਹਦਾ ਜਿਹੜਾ ਨਾਲ ਹੈਗਾ ਉਹਦੇ ਕੰਮ ਕਰਨ ਵਾਲਾ ਮਿੱਤਰ ਉਹ ਕਹਿ ਰਿਹਾ ਕਿ ਚੜ੍ਹਦਾ ਪੰਜਾਬ ਦੀ ਦਿੱਲੀ ਨਜ਼ਰ ਆ ਰਹੀ ਹੈ ਬਾਬਾ ਜੀ। ਬਾਬਾ ਜੀ ਤੁਸੀਂ ਤੇ ਬਹੁਤ ਕਰਨੀ ਵਾਲੇ ਹੋ ਬਾਬਾ ਜੀ, ਵਾਕਈ ਮੇਰੇ ਦਿੱਲੀ ਸ਼ਹਿਰ ਦੀ ਘਰ ਵਾਲੀ ਸੀਗੀ ਤੁਸੀਂ ਤੇ ਬਾਬਾ ਜੀ, ਮੈਂ ਤੁਹਾਡਾ ਮਰੀਦ ਹੋ ਗਿਆ ਬਾਬਾ ਜੀ, ਦੱਸੋ ਮੇਰੇ ਲਈ ਕੀ ਹੁਕਮ ਆ ਬਾਬਾ ਜੀ?
बाबा जी मेरे हुक्म करो बाबा जी, मेनू यकीन हो गया बाबा जी के तुसी मेरे जरूर पीनो नु वापस ले आओगे बाबा जी। उमरी हां जी बाबा जी, फट के लेके आओ नु बाबा जी। दो मिनट डाना बोलो वा, हां हां क्या गलिया सोड़ यार दिल्ली शहर। हां 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 वाह बाबा जी, बाबा जी सरदार जी घरवाली नू वापस लियाउण लई सेर सदका देणा बाबे ओरा पढ़ाई करनी है। बाबे दी क्या बात है बाबे, हुणी तो बहुत करनी वाले है। हां जी बहुत करनी वाले बाबा जी, सदके जावा मैं कुर्बान हो जावा मेरा प्यारा। वालेकुम सलाम जी अब्बा। अच्छा दिल दलेरी होके जा, अल्लाह दे हुक्म ना तेरी असी कांड नहीं लगन दे। अच्छी मियां बुजुर्ग अपना प्यो है, पांच वक्त का नमाजी है, ਤੇਰੀ ਗੱਲ ਤੇ ਉੱਤੇ ਕਾਇਮ ਰਹੀ, ਆਪਾਂ ਆਪੇ ਦੀ ਕੰਡ ਨਹੀਂ ਲੱਗਣ ਦੇ ਇਨਸ਼ਾਅੱਲਾ। ਆ ਵੀ ਕੀ ਹਾਲ ਹੈ ਫਜ਼ਾਨ ਸਰ ਸੁਣਾ। ਉਹ ਖੈਰ ਬੱਚਾ ਤਾਂ ਬੰਨੀ ਆ ਰਿਹਾ ਚੌਧਰੀ ਸਾਹਿਬ ਜੀ ਜੀ, ਉਧਰ ਬੱਬਰ ਸ਼ਾਹ ਉਹ ਉਹਨਾਂ ਕੋਲੋਂ ਪੈਸੇ ਲਈ ਆ ਰਿਹਾ। ਉਹ ਕਿਹੜਾ ਬੱਬਰ? ਉਹ ਬਾਬਾ ਇੱਥੇ ਆਇਆ ਆਪਣੇ ਪਿੰਡ ਵਿੱਚ ਪਰਲੀ ਸਾਈਡ ਤੇ ਨਵਾਂ। ਕਿੰਦੇ ਕੋਲੋਂ ਪੈਸੇ ਲੈਣ? ਉਹਨੇ ਉਹ ਜਿੱਤੂ ਸਿੰਘ ਕੋਲੋਂ। ਆ ਉਹਦੀਆਂ ਦਸਾਂ ਕੱਢੀ, ਆ ਜਾ ਆ ਜਾ। बाबे हुणी अपनी धूनी पखा के बैठे हुए ने ते हुण पिंड दे बंदे उस बाबे दी कर लगदा पहुंचण लगे ने। बाबा जी कदों तिकर मेरे घर वाली आ जाएगी? बाबा जी बाबा जी ज्यादा काल आए। ठोक के रखते ने ना, अज असि ठोकना है। हाँ जी मित्रों, आपा देखिया के ओ झूठा पीर सिर्फ ठग कर रहा सी, ते उहदे कोल सरदार जीतू सिंह भी गया कि मैनू जनाब तुसी कोई ऐसा ऐ ट्वीट अगा करके दिओ या कोई ऐसी अल्लाह तौबा करके दिओ कि जिहदे विच मेरे घरवाली वापस ते उहदे कोलों ने 20,000 रुपया मित्रों लै लिया। ते 20,000 रुपया लै के भी ते ओ ठग बाबा, ठगी बाबा सी, कोई एडा जलाली बाबा नहीं सी। ये पीरां कोलों सानू मित्रों की करना चाहिए, बचना चाहिए। जिहड़े इदां दे बाबे ने अज दी आपां वीडियो दे विच देखिया कि इदां दे बाबे जिहड़े ने ओह सिर्फ ठगदे ने, ते ओह पिंडां दे विच जा के मजमे ला के ते उत्थे जा के ते
ਪਿੰਡ ਦੇ ਵਿੱਚ ਛੋਟੀਆਂ ਛੋਟੀਆਂ ਆਪਣੀਆਂ ਗੱਲਾਂ ਬਾਤਾਂ ਨੂੰ ਦਿਖਾ ਕੇ ਅਤੇ ਐਸੀਆਂ ਰਿਸਰਚਾਂ ਮਾਰ ਮਾਰ ਕੇ, ਕਿਉਂਕਿ ਇਹ ਵਕਤ ਦੇ ਨਾਲ ਇਹਨਾਂ ਦੇ ਨਾਲ ਚੱਲ ਚੱਲ ਕੇ ਗੱਲਾਂ ਹੋਈਆਂ ਹੁੰਦੀਆਂ ਅਤੇ ਉਹ ਜਨਾਬ ਅਗਲੇ ਬੰਦੇ ਨੂੰ ਠੱਗਣਾ ਜਾਣਦੇ ਹੁੰਦੇ ਕਿ ਠੱਗਣਾ ਕਿੱਦਾਂ ਹੈ, ਅਤੇ ਉਹ ਤਰੀਕੇਕਾਰ ਉਹਨਾਂ ਕੋਲ ਸਾਰੇ ਹੁੰਦੇ ਨੇ ਅਤੇ ਉਹ ਫਿਰ ਉਸ ਤਰੀਕਿਆਂ ਦੇ ਨਾਲ ਠੱਗਦੇ ਨੇ। ਅਤੇ ਮਿੱਤਰੋ ਅੱਜ ਦੇਖਿਆ ਕਿ ਉਹ ਦਿੱਤੂ ਸਿੰਘ ਵੀ ਉਹਦੇ ਕੋਲੋਂ ਠੱਗਿਆ ਗਿਆ, ਲੇਕਿਨ ਪਿੰਡ ਦੇ ਆਪਾਂ ਇਸ ਵੀਡੀਓ ਦੇ ਵਿੱਚ ਦੇਖਿਆ ਕਿ ਪਿੰਡ ਦੇ ਲੰਬੜਦਾਰ ਨੇ ਚੌਰੀ ਤੀਫਾ ਸਾਹਿਬ ਨੇ ਮਿੱਤਰੋ ਉੱਥੇ ਜਾ ਕੇ ਅਤੇ ਉਸ ਪਖੰਡੀ ਬਾਬੇ ਨੂੰ ਜਾ ਕੇ ਫੜ ਲਿਆ। ਅਤੇ ਮਿੱਤਰੋ ਉਹਦੇ ਵਿੱਚ ਆਪਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਵੀਰ ਜੀ ਆਪਾਂ ਇੱਦਾਂ ਦੇ ਪਖੰਡੀਆਂ ਬਾਬਿਆਂ ਦੇ ਕੋਲੋਂ ਕੋਸ਼ਿਸ਼ ਕਰੀਏ ਕਿ ਮਿੱਤਰੋ ਆਪਾਂ ਬਚ ਜਾਈਏ, ਕਿਉਂਕਿ ਅੱਜ ਕੱਲ੍ਹ ਜਿਹੜਾ ਹੈਗਾ ਤੁਸੀਂ ਘਰ ਦੇ ਵਿੱਚ ਕੋਈ ਤੁਹਾਡੇ ਵਿੱਚ ਬਿਮਾਰ ਹੋ ਗਿਆ ਨਾ ਅਤੇ ਤੁਸੀਂ ਗੱਲ ਕੀਤੀ ਭੈਣ ਅਸੀਂ ਤਾਂ ਫਲਾਣੇ ਡਾਕਟਰ ਕੋਲ ਦਵਾਈ ਲਿਆਤੀ ਅਤੇ ਉਹਨੇ ਕਹਿਣਾ ਛੱਡੋ ਜੀ ਉਹ ਤਾਂ ਡਾਕਟਰ ਕੁਛ ਵੀ ਨਹੀਂ, ਤੁਹਾਨੂੰ ਮੈਂ ਦੱਸਦੀ ਹਾਂ ਇੱਕ ਫਲਾਣਾ ਡਾਕਟਰ ਅਸੀਂ ਉਹਦੇ ਕੋਲ ਗਏ, ਸਾਨੂੰ ਤਾਂ ਬੜਾ ਹੀ ਉਹਦੇ ਕੋਲੋਂ ਦਵਾਈ ਖਾਧੀ ਅਤੇ ਆਰਾਮ ਆ ਗਿਆ। ਇੱਦਾਂ ਹੀ ਭੈਣਾਂ ਜਿਹੜੀਆਂ ਉਹ ਮਿੱਤਰੋ ਅੱਜ ਕੱਲ੍ਹ ਬਾਬਿਆਂ ਦੀਆਂ ਗੱਲਾਂ ਵੀ ਦੱਸਦੀ ਨੇ ਕਿ ਭੈਣ ਜੀ ਫਲਾਣਾ ਪੀਰ ਬੜਾ ਚੰਗਾ, ਤੁਸੀਂ ਉਹਦੇ ਕੋਲ ਚਲੇ ਜਾਓ ਅਤੇ ਤੁਸੀਂ ਉੱਥੋਂ ਜਾ ਕੇ ਦਵਾਈ ਲੈ ਕੇ ਅਤੇ ਕੀ ਕਰੋ ਕਿ ਤੁਸੀਂ ਉਸ ਬਾਬੇ ਕੋਲੋਂ ਤਵੀਤਾ ਗਾ ਕਰਾ ਕੇ ਅਤੇ ਤੁਹਾਨੂੰ ਸ਼ਫਾ ਮਿਲ ਜਾਣੀ। ਮਿੱਤਰੋ ਸੱਚਾ ਰੱਬ ਉੱਤੇ ਬੈਠਾ ਹੈ ਅਤੇ ਉਹਦੇ ਕੇ ਫਰਿਆਦ ਸਾਨੂੰ ਕਰਨ ਦੀ ਜ਼ਰੂਰਤ ਹੈ, ਉਹ ਤਾਂ ਮੇਰਾ ਉਹ ਪਾਉਂਦਾ ਹੈ ਸੱਚਾ ਬਾਦਸ਼ਾਹ, ਜਦੋਂ ਉਹਦੇ ਅਸੀਂ ਅੱਗੇ ਝੁਕਾਂਗੇ ਅਤੇ ਉਹਦੇ ਅੱਗੇ ਅਸੀਂ ਰੋਵਾਂਗੇ ਅਤੇ ਮਿੱਤਰੋ ਉਹ ਕਿਉਂ ਨਹੀਂ ਸਾਡੇ 'ਤੇ ਮਿਹਰਾਂ ਕਰੇਗਾ, ਕਿਉਂ ਨਹੀਂ ਸਾਡੀ ਸੁਣੇਗਾ, ਅਤੇ ਉਹ ਜ਼ਰੂਰ ਸੁਣੇਗਾ। ਅਗਰ ਮਿੱਤਰੋ ਇੱਦਾਂ ਦੇ ਬਾਬਿਆਂ ਦੇ ਕੋਲੋਂ ਅਸੀਂ ਬਿਲਕੁਲ ਬਚੀਏ। ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਸਿੱਖਿਆ ਇਹ, ਅਤੇ ਮਿੱਤਰੋ ਇੱਕ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਹੈ ਕਿ ਹਾਂਜੀ ਮਿੱਤਰੋ ਕਿ ਆਪਾਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਿ ਅੱਜ ਦਾ ਹੀਰੋ ਕੌਣ ਸੀ, ਇਹ ਹੀਰੋ ਤੁਸੀਂ ਦੱਸਣਾ ਹੈ ਕਮੈਂਟ ਕਰਕੇ ਕਿ ਮਿੱਤਰੋ ਅੱਜ ਦਾ ਹੀਰੋ ਇਸ ਵੀਡੀਓ ਦੇ ਵਿੱਚ ਕੌਣ ਸੀ, ਅਤੇ ਤੁਸੀਂ ਇੱਦਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਅਤੇ ਮਿੱਤਰੋ ਜ਼ਿਆਦਾ ਤੋਂ ਜ਼ਿਆਦਾ ਸਾਡੀ ਵੀਡੀਓ ਨੂੰ ਵਾਇਰਲ ਕਰੋ ਅਤੇ ਮਿੱਤਰੋ ਤੁਹਾਨੂੰ ਮਿਲਾਂਗੇ ਫਿਰ ਨੈਕਸਟ ਨਵੀਂ ਫਨੀ ਮੂਵੀ ਦੇ ਵਿੱਚ। ਅਤੇ ਮਿੱਤਰੋ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਨਾ ਨਾ ਭੁੱਲਣਾ, ਕਮੈਂਟ ਜ਼ਰੂਰ ਕਰਦੇ ਕਰੋ ਮਿੱਤਰੋ। ਅਤੇ ਲੋ ਮਿਲਾਂਗੇ ਫਿਰ ਨਵੇਂ ਵੀਡੀਓ ਦੇ ਨਾਲ, ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।